ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਐਂਡ ਸੇਫ ਗੁਰਦੁਆਰਾ ਟੈਂਪਲਸ ਆਫ ਪਾਕਿਸਤਾਨ ਪੰਜਾਬ ਵਿੱਚ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਖੋਰੇ ਸਾਹਿਬ 47 ਦੇ ਨਾਲ ਮੈਂ ਤੁਹਾਡਾ ਹੋਸਟ ਬਾਬਾ ਜੀ। ਇਹ ਦੇਖੋ ਤੁਸੀਂ, ਉਹ ਵੀਰ ਇਮਰਾਨ ਸਾਹਿਬ ਔਰ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਖੂਹ ਖੰਡਾ ਦੇ ਅੰਦਰੋਂ ਪਾਣੀ ਕੱਢ ਰਹੇ ਨੇ। ਅਸੀਂ ਉਸ ਪਾਣੀ ਨੂੰ ਬਕਾਇਦਾ ਚੈੱਕ ਕਰਾਂਗੇ ਕਿਉਂਕਿ ਮੈਂ ਫਲੋਰੀਕਲਚਰ 'ਚ ਪੜ੍ਹਿਆ ਵਾਂ, ਲੈਂਡਸਕੇਪਿੰਗ 'ਚ ਪੜ੍ਹਿਆ ਵਾਂ। ਪਾਣੀ ਦਾ ਟੇਸਟ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਪਾਣੀ ਦੀ pH ਠੀਕ ਹੈ ਜਾਂ ਨਹੀਂ ਸਹੀ ਹੈ, ਪਾਣੀ ਕੈਸਾ ਹੈ। ਇਹ ਤਮਾਮ ਜਿਹੜੇ ਗੁਰ ਨੇ ਉਹ ਪਾਣੀ ਪੀਣ ਤੋਂ ਬਾਅਦ ਮੈਂ ਦੱਸਾਂਗਾ ਆਖਰ ਇਹਦੀ ਕੀ ਅਫਾਦੀਅਤ ਹੈ। ਉਹਨਾਂ ਨੇ ਤਾਂ ਦੱਸਿਆ ਕਿ ਇੱਥੋਂ ਲੋਕ ਬਹੁਤ ਦੂਰੋਂ ਦੂਰੋਂ ਅੱਜ ਵੀ ਪਾਣੀ ਭਰਨ ਵਾਸਤੇ ਆਉਂਦੇ ਨੇ, ਉਹ ਲੈ ਕੇ ਜਾਂਦੇ ਨੇ। ਉਹ ਰਸ ਪਾਣੀ 'ਚ ਬਹੁਤ ਸ਼ਫਾ ਹੈ ਔਰ ਇਹ ਖਾਲਸਾ ਹੱਥਾਂ ਦਾ ਬਣਿਆ ਹੋਇਆ ਖੂਹ ਹੈ ਅਤੇ ਨਾਲ ਹੀ ਇਹ ਜਾ ਰਹੀ ਹੈ ਸਪਰਿੰਗ ਵਾਟਰ। ਅੱਛਾ, ਮੇਰੇ ਕੋਲ ਇੱਕ ਛੋਟੀ ਜਿਹੀ ਗਲਤੀ ਹੋ ਗਈ ਹੈ। ਸਰਦਾਰ ਜੀਵਨ ਦੀਪ ਜੀ, ਤੁਹਾਡੇ ਫੋਰ ਫਾਦਰਸ ਜਿਹੜੇ ਨੇ ਉਹਨਾਂ ਦੇ ਹੱਥ ਦਾ ਬਣਿਆ ਹੋਇਆ ਇਹ ਖੂਹ ਔਰ ਪਿੱਪਲ ਵੀ ਲੱਗਾ ਹੋਇਆ, ਜਿਹਦੇ ਮਤਲਬ ਦੱਸਿਆ ਜਾ ਰਿਹਾ ਕਿ ਪਿੱਪਲ ਕਮ ਅਜ਼ ਕਮ ਜਿਹੜਾ ਕੋਈ 100 ਸਾਲ ਪੁਰਾਣਾ ਹੈ ਔਰ ਖੂਹ ਜਿਹੜਾ ਉਹ 1922 ਦੇ ਵਿੱਚ ਇਹ ਬਣਾਇਆ ਗਿਆ ਸੀ ਚੌਧਰੀ ਨਿਹਾਲ ਸਿੰਘ, ਸੰਤ ਬਾਈ ਚੌਧਰੀ ਨਿਹਾਲ ਸਿੰਘ ਨੇ ਬਣਾਇਆ। ਔਰ ਹੀਰਾ ਸਿੰਘ ਜਿਹੜਾ ਸੀ ਇਹਨਾਂ ਦਾ ਬੇਟਾ ਸੀ, ਔਰ ਹੀਰਾ ਸਿੰਘ ਦੇ ਮਤਲਬ ਮੈਂ ਕਿਹਾ ਕਿ ਉਹ ਜਿਹੜੀ ਅੰਦਰ ਜੁਲਰੀ ਦੀ ਸ਼ੋਪ ਸੀ, ਗੋਲਡ ਸਮਿਥ ਵਾਲੀ ਸ਼ੋਪ ਸੀ, ਉਹ ਉਹਨਾਂ ਦੀ ਸੀ। ਇਹ ਤੁਸੀਂ ਦੇਖੋ, ਇਹ ਨਾਲ ਨਾਲ ਜਿੰਨੀ ਵੀ ਲੈਂਡ ਨਜ਼ਰ ਆ ਰਹੀ ਹੈ ਖਾਲੀ, ਇਹ ਨਿਹਾਲ ਸਿੰਘ ਦੀ ਲੈਂਡ ਹੈ। ਇਹ ਤਮਾਮ ਜਿਹੜੀ ਹੈ ਇਹ ਜਗ੍ਹਾ ਅੱਜ ਵੀ ਖਾਲੀ ਹੈ। ਉਹ ਸਕੂਲ ਤੱਕ ਔਰ ਸਕੂਲ ਦੇ ਨਾਲ ਨਾਲ ਜਿੰਨੀ ਵੀ ਇਹ ਜਗ੍ਹਾ ਫੈਲੀ ਹੋਈ ਹੈ, ਏਕੜਾਂ ਦੇ ਵਿੱਚ ਜਗ੍ਹਾ ਹੈ। ਅਤੇ ਇਹ ਸੰਤ ਬਾਈ ਚੌਧਰੀ ਨਿਹਾਲ ਸਿੰਘ ਦੀ ਜ਼ਮੀਨ ਹੈ। ਅਤੇ ਸਭ ਤੋਂ ਅਮੀਰ ਜਿਹੜੇ ਇੱਥੇ ਗੁਜ਼ਰੀ ਹੈ ਫੈਮਿਲੀ, ਉਹ ਨਿਹਾਲ ਸਿੰਘ ਫੈਮਿਲੀ ਹੈ, ਜਾਂ ਉਹਨਾਂ ਦੇ ਬੇਟੇ ਦਾ ਨਾਮ ਜ਼ਿਆਦਾ ਗਿਣਿਆ ਜਾਂਦਾ ਹੀਰਾ ਸਿੰਘ। ਹੀਰਾ ਸਿੰਘ ਵੀ ਉਹਨਾਂ ਦੇ ਬੇਟੇ ਦਾ ਨਾਮ ਸੀ। ਔਰ ਇਹ ਤੁਸੀਂ ਦੇਖੋ ਤਮੀਰਾਂ ਚਾਹ, ਇਹ ਦੇਖੋ ਅਗਰ ਤੁਸੀਂ ਪ੍ਰਾਇਮਰੀ ਸੋਰਸ ਦੇਖੋਗੇ ਤਾਂ ਤੁਹਾਨੂੰ ਬਿਲਕੁਲ ਖੁਦ ਬਾ ਖੁਦ ਹੀ ਪਤਾ ਚੱਲ ਜਾਏਗਾ। ਇਹ ਲਿਖਿਆ ਤਮੀਰਾਂ ਚਾਹ, ਤਮੀਰਾਂ ਦਾ ਮਤਲਬ ਹੁੰਦਾ ਹੈ ਖੂਹ ਬਣਵਾਇਆ ਗਿਆ ਸਰਦਾਰ ਹੀਰਾ ਸਿੰਘ ਵਲਦ ਚੌਧਰੀ ਨਿਹਾਲ ਸਿੰਘ ਕੌਮ ਗੋਰੋ ਸਾਕਨ ਡੋਰਾ ਬਦਾਲ ਮੋਰਖਾ 1922, ਯਾਨੀ ਕਿ ਦਿਸ ਵੈਲ ਬਿਲਟ ਬਾਏ ਸਰਦਾਰ ਹੀਰਾ ਸਿੰਘ ਸਨ ਆਫ ਚੌਧਰੀ ਸਰਦਾਰ ਨਿਹਾਲ ਸਿੰਘ ਅਕੋਸਟ ਗੋਰੋ ਐਂਡ ਨੇਟਿਵ ਆਫ ਦੋਰਾ ਬਦਾਲ ਬਿਲਟ ਇਨ 1922। ਤੁਸੀਂ ਦੇਖੋ ਸੇਮ ਟਾਈਮ ਉਹ ਖੂਹ ਦਿਖਾਇਆ ਤੁਹਾਨੂੰ, ਉਹ 3 ਫੁੱਟ 'ਤੇ ਹੈ, 4 ਫੁੱਟ 'ਤੇ ਹੈ, ਲੇਕਿਨ ਇਹ ਖੂਹ ਜਿਹੜਾ ਬਹੁਤ ਗਹਿਰਾ। ਉਹ ਤੁਸੀਂ ਦੇਖੋ ਜੀਵਨਦੀਪ ਜੀ, ਇਹ ਤੁਹਾਡੇ ਫੋਰ ਫਾਦਰਸ ਦਾ ਕੂਆਂ, ਉਹ ਲਾਇਆ ਹੋਇਆ ਚੌਧਰੀ ਨਿਹਾਲ ਸਿੰਘ ਦਾ ਲਾਇਆ ਹੋਇਆ ਪਿੱਪਲ ਦਾ ਦਰਖਤ ਹੈ, ਅੱਜ ਵੀ ਫਲ ਫੁੱਲ ਰਿਹਾ, ਬਿਲਕੁਲ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਹੈ, ਬਸ ਸਾਈਡਾਂ ਦੀਆਂ ਟਹਿਣੀਆਂ ਟੁਣੀਆਂ ਲੋਕਾਂ ਨੇ ਕੱਟੀਆਂ, ਲੇਕਿਨ ਦਰਖਤ ਉੱਥੇ ਹੀ ਹੈ। ਖੂਹ ਆਪਣੀ ਓਰੀਜਨਲ ਹਾਲਤ ਦੇ ਵਿੱਚ ਹੈ। ਔਰ ਇਹ ਖੂਹ 'ਚ ਲੱਗੀ ਹੋਈ ਪਲੇਟ ਫਿਰ ਦਿਖਾਉਂਦਾ ਜਾਵਾਂ, ਤੁਹਾਡੇ ਪੇਰੈਂਟਸ ਦੇ ਫੋਰ ਫਾਦਰ ਦੇ ਹੱਥ ਦੀ ਲੱਗੀ ਹੋਈ ਸਰਦਾਰ ਹੀਰਾ ਸਿੰਘ ਵਲਦ ਚੌਧਰੀ ਨਿਹਾਲ ਸਿੰਘ ਕੌਮ ਗੋਰੋ ਸਾਕਨ ਡੋਰਾ ਬਦਾਲ 1922 ਸਟੋਨ ਲੇਡ ਪ੍ਰਾਇਮਰੀ ਸੋਰਸ ਹੈ ਇਸ ਖੂਹ ਦੇ ਬਣਵਾਉਣ ਵਾਲੇ ਦਾ। ਔਰ ਇਸ ਪਾਸੇ ਤੁਹਾਨੂੰ ਸਾਰਾ ਹੈ ਮਿਡਲ ਸਕੂਲ, ਗੌਰਮੈਂਟ ਮਿਡਲ ਸਕੂਲ ਦੋਰਾ ਬਦਾਲ। ਇਹ ਪੂਰਾ ਵਿਲੇਜ ਜਿਹੜਾ ਅੱਜ ਸ਼ਹਿਰ ਦੀ ਸ਼ਕਲ ਇਖਤਿਆਰ ਕਰ ਗਿਆ, ਛੋਟਾ ਸ਼ਹਿਰ ਬਣਿਆ ਹੋਇਆ ਜਿੱਥੇ ਸਰਦਾਰ ਜੀਵਨਦੀਪ ਜੀ ਦੇ ਫੋਰ ਫਾਦਰਸ ਦਾ ਬੜਾ ਨਾਮ ਬੋਲਦਾ। ਅੱਜ ਵੀ ਲੋਕ ਹੀਰਾ ਸਿੰਘ ਔਰ ਸੰਤ ਬਾਈ ਚੌਧਰੀ ਨਿਹਾਲ ਸਿੰਘ ਨੂੰ ਜਾਣਦੇ ਨੇ। ਇਹ ਮਿਰਜ਼ਾ ਸਾਹਿਬ ਅਤੇ ਉਹ ਇਮਰਾਨ ਸਾਹਿਬ ਜਿਹੜੇ ਨੇ ਉਹ ਪਾਣੀ ਟੇਸਟ ਕਰ ਰਹੇ ਨੇ ਉੱਥੇ ਦਾ ਖੂਹ ਖੰਡੇ ਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ। ਜੀਵਨਦੀਪ ਜੀ, ਇਹ ਆ ਗਈਆਂ ਤੁਹਾਡੀਆਂ ਰੂਟਸ, ਇਹ ਤੁਹਾਡੀਆਂ ਆ ਗਈਆਂ ਨੇ ਜੜ੍ਹਾਂ, ਤੁਹਾਡੀ ਅਸਲ ਜੜ੍ਹ ਜਿੱਥੋਂ ਦਾ ਤੁਹਾਡੀ ਦਾਦੀ ਜੀ ਜ਼ਿਕਰ ਕਰਦੇ ਸਨ। ਸੱਚ ਆਖਿਆ ਰਾਜ ਕਾਕਰਾਂ ਨੇ, ਸਭ ਨੂੰ ਸਭ ਦਾ ਹਿੱਸਾ ਮਿਲ ਗਿਆ, ਸਾਡਾ ਹਿੱਸਾ ਕਿੱਥੇ ਗਿਆ, ਸਾਡੇ ਹਿੱਸੇ ਕੱਲੂ ਕਾਰੇ ਨੀਲੇ ਤਾਰੇ ਨੀਲੇ ਤਾਰੇ। ਵਾਹ,
ਰੱਬ ਕਿਸੇ ਨੂੰ ਉਹਦੀ ਮਿੱਟੀ ਤੋਂ ਦੂਰ ਨਾ ਕਰੇ, ਪੁਰਖਾਂ ਤੋਂ ਦੂਰ ਨਾ ਕਰੇ, ਪੁਰਖਾਂ ਦੀ ਮਿੱਟੀ ਤੋਂ ਦੂਰ ਨਾ ਕਰੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਔਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਖੂਹ ਬਣਾਇਆ ਹੋਇਆ ਬਾਈ ਸਰਦਾਰ ਹੀਰਾ ਸਿੰਘ ਨੇ, ਔਰ ਉਹਨਾਂ ਦੇ ਫਾਦਰ ਦਾ ਨਾਮ ਸੀ ਚੌਧਰੀ ਨਿਹਾਲ ਸਿੰਘ, ਸੰਤ ਬਾਈ ਨਿਹਾਲ ਸਿੰਘ, ਜਿਹੜੇ ਕਿ ਇੱਕ ਨਾਮਵਰ ਹਸਤੀ ਸਨ, ਸੰਤ ਸਨ ਇੱਥੇ ਦੇ, ਦੋਰਾ ਬੁਧਾਲ ਦੇ। ਹੁਣ ਜੀਵਨ ਦੀਪ ਬਾਈ ਜੀ ਜਿਹੜੇ ਨੇ ਇਸ ਵੇਲੇ ਅੰਮ੍ਰਿਤਸਰ ਨੇ, ਅੰਮ੍ਰਿਤਸਰ ਤੋਂ ਮਾਈਗ੍ਰੇਟ ਕਰਕੇ ਉਹ ਜਾਂ ਆਪਣਾ ਜੋਬ ਦੇ ਸਿਲਸਿਲੇ ਦੇ ਵਿੱਚ ਕੰਮ ਕਰ ਰਹੇ ਨੇ ਲੁਧਿਆਣਾ ਦੇ ਵਿੱਚ। ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਵਾਹ, ਮੈਂ ਥੋੜ੍ਹੀ ਦੇਰ ਮਹਿਸੂਸ ਕਰਨਾ ਚਾਹੁੰਦਾ ਹਾਂ ਇਸ ਜਗ੍ਹਾ ਨੂੰ, ਮੈਂ ਥੋੜ੍ਹੀ ਦੇਰ ਸਕੂਨ ਕਰਨਾ ਚਾਹੁੰਦਾ ਹਾਂ ਇਸ ਜਗ੍ਹਾ ਨੂੰ। ਮੈਂ ਪਠਵਾਰ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਤੁਹਾਨੂੰ ਦਿਖਾ ਰਿਹਾ ਦੀ ਵਿਲੇਜ ਆਫ ਸਰਦਾਰ ਸੰਤ ਬਾਈ ਨਿਹਾਲ ਸਿੰਘ, ਕੋਸਟ ਗੋਰੋ, ਔਰ ਫੋਰ ਫਾਦਰਸ ਨੇ ਹੈ ਸਰਦਾਰ ਜੀਵਨਦੀਪ ਸਿੰਘ ਜੀ ਦੇ, ਮੇਰੇ ਕੋਲ ਮਿਸਟੇਕ ਹੋ ਗਈ ਸੀ, ਮੈਂ ਕਹਿ ਰਿਹਾ ਸੀ ਕਿ ਵੀ ਇਹ ਖੂਹ ਜਿਹੜਾ ਉਹ ਸਿੱਖਾਂ ਨੇ ਬਣਵਾਇਆ, ਇੱਥੇ ਪਿੰਡ ਦੇ ਵਿੱਚ ਪੰਜ ਖੂਹ ਨੇ, ਪੰਜ ਦੇ ਪੰਜ ਖੂਹ ਜਿਹੜੇ ਨੇ ਉਹ ਸਿੱਖਾਂ ਨੇ ਬਣਵਾਏ ਨੇ। ਇੱਕ ਹੈ ਉੱਤੇ ਨਜ਼ਰ ਆ ਰਿਹਾ ਤੁਹਾਨੂੰ, ਔਰ ਦੂਸਰਾ ਉਹ ਸਾਹਮਣੇ ਜਿੱਥੇ ਮਿਰਜ਼ਾ ਸਾਹਿਬ ਬੈਠੇ ਹੋਏ ਨੇ ਪਿੰਡ ਦੇ ਕੌਂਸਲਰ ਦੇ ਨਾਲ, ਇਮਰਾਨ ਸਾਹਿਬ ਦੇ ਨਾਲ। ਇਹ ਤੁਹਾਡੀਆਂ ਜ਼ਮੀਨਾਂ ਨੇ ਜੀਵਨਦੀਪ ਸਾਹਿਬ, ਅੱਜ ਵੀ ਇਹ ਰਕਬਾ ਸਾਰਾ ਜਿਹੜਾ ਚੌਧਰੀ ਨਿਹਾਲ ਸਿੰਘ ਦੇ ਨਾਮ ਬੋਲਦਾ ਹੈ। ਸਪਰਿੰਗ ਵਾਟਰ ਆ ਰਿਹਾ ਜਿਹਨੂੰ ਕੱਸੀ ਕਿਹਾ ਜਾਂਦਾ, ਔਰ ਮੈਂ ਦੁਬਾਰਾ ਪਹੁੰਚ ਗਿਆ ਵਾਂ ਖੂਹ ਖੰਡਾ 'ਤੇ, ਖੂਹ ਹੀਰਾ ਸਿੰਘ ਤੋਂ ਖੂਹ ਖੰਡਾ 'ਤੇ। ਚਸ਼ਮੇ ਦਾ ਜਿਹੜਾ ਜ਼ਾਇਕਾ ਹੁੰਦਾ ਉਹ ਥੱਲੇ, ਸਪਰਿੰਗ ਵਾਟਰ ਦਾ ਓਰਿਜਨਲ ਟੇਸਟ ਹੈ ਜੀ, ਬਹੁਤ ਮਜ਼ਾ ਆਇਆ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਇਹ ਮੇਰਾ ਪਾਕਿਸਤਾਨ, ਖੋਰੇ ਸੱਚ ਸੰਤਾਲੀ ਦੇ ਤਮਾਮ ਪੇਜਿਸ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ।